ਹਾਂਜੀ ਮੁੰਡਿਓ, ਹਾਂਜੀ ਹੋ ਗਿਆ ਗਾਣਾ ਡੱਬ? ਫਿਰ ਕੁਲਵਿੰਦਰ ਬਿੱਲਾ ਦੀ ਹਾਲ ਹੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਲਵਿੰਦਰ ਬਿੱਲਾ ਨਜ਼ਰ ਆ ਰਹੇ ਸਨ ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਸਾਜਿਦ ਦੇ ਨਾਲ, ਤੇ ਹੁਣ ਕੁਲਵਿੰਦਰ ਬਿੱਲਾ ਦੀ ਹੋਰ ਨਵੀਂ ਅਪਡੇਟ ਸਾਹਮਣੇ ਆ ਗਈ ਹੈ। ਇਸ ਵਾਰ ਕੁਲਵਿੰਦਰ ਬਿੱਲਾ ਕਰ ਰਹੇ ਨੇ ਆਪਣਾ ਨਵਾਂ ਸੌਂਗ ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਮੀਤ ਬ੍ਰਦਰਸ ਦੇ ਨਾਲ। ਕੁਲਵਿੰਦਰ ਬਿੱਲਾ ਨੇ ਇਹ ਵੀਡੀਓ ਆਪਣੇ ਸਨੈਪਚੈਟ ਦੇ ਉੱਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਕੁਲਵਿੰਦਰ ਬਿੱਲਾ ਨੇ ਉਸ ਵੇਲੇ ਪੋਸਟ ਕੀਤੀ ਜਦ ਕੁਲਵਿੰਦਰ ਬਿੱਲਾ ਮਨਮੀਤ ਸਿੰਘ ਦੇ ਨਾਲ ਸਟੂਡੀਓ ਸੈਸ਼ਨ ਕਰ ਰਹੇ ਸਨ। ਆਓ ਤੁਸੀਂ ਵੀ ਦੇਖੋ ਕੁਲਵਿੰਦਰ ਬਿੱਲਾ ਦੀ ਇਸ ਵੀਡੀਓ ਨੂੰ। ਹਾਂਜੀ ਮੁੰਡਿਓ, ਹਾਂਜੀ ਹੋ ਗਿਆ ਗਾਣਾ ਡੱਬ? ਫਿਰ ਫਾਈਨਲੀ ਗਾਣਾ ਹੋ ਗਿਆ ਡੱਬ, 3-4 ਦਿਨ ਲੱਗ ਗਏ ਤੇ ਆ ਗਿਆ। ਪਰ ਨਹੀਂ ਆ ਗਿਆ, ਨਹੀਂ ਗਾਣੇ ਨੂੰ 3-4 ਦਿਨ ਲੱਗੇ। ਨਹੀਂ ਗਾਣੇ ਨੂੰ ਨਹੀਂ 3-4 ਦਿਨ ਲੱਗ ਗਏ, ਬੰਬੇ ਘੁੰਮਦੇ ਨੂੰ 3-4 ਦਿਨ ਹੋ ਗਏ। ਹੋ ਤਾਂ ਗਿਆ ਗਿਆ ਨਾ ਸ਼ੀਰੀ, ਹੋ ਗਿਆ ਠੀਕ ਹੈ ਜੀ। ਬਹੁਤ ਨਜ਼ਾਰੇ ਬੰਨੇ ਆਪਾਂ ਨੇ, ਮਜ਼ਾ ਆ ਗਿਆ। ਸਵਾਦ ਇੱਕ 1.5-2 ਘੰਟੇ ਹੋ ਗਏ, ਪਤਾ ਨਹੀਂ ਲੱਗਿਆ ਟਾਈਮ ਕਿੱਦਾਂ ਲੰਘ ਗਿਆ। ਪਰ ਯੂ ਆਰ ਸੱਚ ਅ ਗੁੱਡ ਆਰਟਿਸਟ, ਸੱਚ ਅ ਡਾਊਨ ਟੂ ਅਰਥ ਪਰਸਨ ਐਂਡ ਸੱਚ ਅ ਗ੍ਰੇਟ ਆਰਟਿਸਟ। ਲਵ ਯੂਰ ਵੋਇਸ ਐਂਡ ਲੋਟਸ ਆਫ ਸਟਫ ਕਮਿੰਗ ਆਊਟ ਵਿਦ ਬਿੱਲਾ ਵੀਰ ਐਂਡ ਯੂਅਰ ਗਾਇਜ਼ ਟੂ ਵਾਚ ਇਟ। ਥੈਂਕ ਯੂ ਬ੍ਰਦਰ, ਥੈਂਕ ਯੂ ਸਾਰੇ ਦੇ ਘੈਂਟ ਘੈਂਟ ਭਰਾ ਸਾਡੇ, ਲਵ ਯੂ ਮੇਰੇ ਵੀਰੇ ਨਾ। ਥੈਂਕ ਯੂ ਵੀਰੇ। ਕੁਲਵਿੰਦਰ ਬਿੱਲਾ ਦੀਆਂ ਇਹਨਾਂ ਪੋਸਟ ਨੂੰ ਦੇਖ ਕੇ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੁਲਵਿੰਦਰ ਬਿੱਲਾ ਵੀ ਹੁਣ ਬਹੁਤ ਹੀ ਜਲਦ ਬਾਲੀਵੁੱਡ ਦੇ ਵਿੱਚ ਐਂਟਰੀ ਕਰ ਲੈਣਗੇ। ਸੋ ਤੁਹਾਨੂੰ ਕਿੰਨੀ ਕੁ ਉਡੀਕ ਹੈ ਕੁਲਵਿੰਦਰ ਬਿੱਲਾ ਦੀ ਇਸ ਬਾਲੀਵੁੱਡ ਐਂਟਰੀ ਦੀ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ, ਅਤੇ ਨਵੇਂ ਦੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਂਟ ਫਰਗੇਟ ਟੂ ਸਬਸਕ੍ਰਾਈਬ ਅਵਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।